ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਫਰੈਂਡਸ ਮੈਂ ਰੀਸੈਂਟਲੀ ਹੀ ਵੀਡੀਓ ਪਾਈ ਸੀ ਜਦੇ ਵਿੱਚ ਇਹ ਦੱਸਿਆ ਸੀ ਕਿ ਇੱਕ ਨੋਟੀਫਿਕੇਸ਼ਨ ਸੀਗਾ ਜਿਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਪ੍ਰੋਵੀਜ਼ਨ ਪੀਰੀਅਡ ਜਿਹੜਾ 3 ਸਾਲ ਤੋਂ ਇਨਕਰੀਜ਼ ਹੋ ਕੇ ਉਹ 4 ਸਾਲ ਕਰ ਦਿੱਤਾ ਗਿਆ ਹੈ ਸੋ ਇਹ ਜਿਹੜੀ ਇਨਫੋਰਮੇਸ਼ਨ ਸੀ ਕਿਤੇ ਮੈਨੂੰ ਸੋਲਿਡ ਨਹੀਂ ਮਿਲਿਆ ਪ੍ਰੂਫ ਨਹੀਂ ਮਿਲਿਆ ਸੋ ਇਨਫੋਰਮੇਸ਼ਨ ਮੈਂ ਪਹਿਲੇ ਦੱਸਦਾ ਫੇਕ ਹੈ ਇਹ ਜਿਹੜਾ ਤੁਹਾਡੇ ਸਾਹਮਣੇ ਇੱਕ ਪ੍ਰੂਫ ਮੈਂ ਅਪਲੋਡ ਕਰਦਾ ਪਿਆ ਗੌਰਮੈਂਟ ਆਫ ਪੰਜਾਬ ਦਾ Facebook ਪੇਜ ਹੈ ਤੁਸੀਂ ਉੱਤੇ ਖੁਦ ਵੀ ਚੈੱਕ ਕਰ ਸਕਦੇ ਹੋ ਇੱਥੇ ਦੱਸਿਆ ਹੋਇਆ ਹੈ ਸਿੱਖਿਆ ਮੰਤਰੀ ਆ ਦੇਖੋ ਇੰਗਲਿਸ਼ ਵਿੱਚ ਮੈਂ ਤੁਹਾਨੂੰ ਰੀਡ ਕਰ ਦਿੰਨਾ ਐ এডਿਕੇਸ਼ਨ ਮਿਨਿਸਟਰ ਵਿਜੇਂਦਰ ਸਿੰਘਲਾ ਰੱਬਿਸਟ ਰਿਯੂਮਰਸ ਰਿਗਾਰਡਿੰਗ ਐਕਸਟੈਂਸ਼ਨਸ ਇਨ ਪ੍ਰੋਹੀਬਿਸ਼ਨ ਪੀਰੀਅਡ ਆਫ ਟੀਚਰਸ ਸਿੱਧਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੜਤਾਲ ਫਾਰਮ ਹੈ ਇਹਦੇ ਵਿੱਚ ਅਫਵਾਹਾਂ ਹੈ ਠੀਕ ਹੈ ਜੀ ਇਹਨੂੰ ਖਾਰਜ ਕੀਤਾ ਜਾਂਦਾ ਇਹਨੂੰ ਬਿਲੀਵ ਨਾ ਕਰੋ এডਿਕੇਸ਼ਨ ਮਿਨਿਸਟਰ ਸੈਡ ਨਿਊ ਬਿਲ ਟੂ ਬੈਨੀਫਿਟ ਨਿਊਲੀ ਰਿਕੁਇਰਡ ਟੀਚਰਸ ਫਾਰ ਗੈਟਿੰਗ ਪੋਸਟਿੰਗ ਨੀਅਰ देयर ਹੋਮਸ ਠੀਕ ਹੈ ਜੀ ਇਹ ਵੀ ਦੱਸਿਆ ਉਹਨਾਂ ਨੇ ਇਹ ਵੀ ਉਹਦੇ ਵਿੱਚ ਸੀਗਾ ਨਥਿੰਗ ਟੂ ਡੂ ਇਦਾਂ ਦਾ ਕੁਝ ਨਹੀਂ ਹੈ ਵਿਦ ਦਾ ਪ੍ਰੋਹਿਬਿਸ਼ਨ ਪੀਰੀਅਡ ਪ੍ਰੋਹਿਬਿਸ਼ਨ ਪੀਰੀਅਡ ਦੇ ਰਿਗਾਰਡਿੰਗ ਇਦਾਂ ਦਾ ਕੁਝ ਨਹੀਂ ਹੈ ਹੀ ਸੈਡ ਆਪੋਜੀਸ਼ਨ ਲੀਡਰ ਸਪਰੈਡਿੰਗ ਲਾਈਜ਼ ਫॉर देयर ਵੈਸਟਡ ਇੰਟਰਸਟ ਠੀਕ ਹੈ ਜੀ ਆਪੋਜੀਸ਼ਨ ਲੀਡਰ ਵਗੈਰਾ ਇਦਾਂ ਦੀਆਂ ਅਵਾਹਾਂ ਵਗੈਰਾ ਫਲਾਂਦੇ ਪਏ ਨੇ ਤਾਂ ਬਾਕੀ ਸੈਲਰੀ ਦੇ ਰਿਗਾਰਡਿੰਗ ਆਪਾਂ ਇੱਕ ਅਪਡੇਟ ਪਾਈ ਹੈ ਜਿਹਦੇ ਵਿੱਚ ਸੈਲਰੀ ਦੇ ਰਿਗਾਰਡਿੰਗ ਕਿ ਤੁਹਾਡੀ ਜਿਹੜੀ ਸੈਲਰੀ ਹੋਣੀ ਹੈ ਨਿਊਲੀ ਪੁਆਇੰਟ ਟੀਚਰਸ ਦੀ ਕਿੰਨੀ ਆ ਉਹ ਵੀ ਜ਼ਰੂਰ ਵੀਡੀਓ ਦੇਖਿਓ ਤੇ ਬਾਕੀ ਦਾ ਦੀਆਂ ਫੋਰ ਮੋਰ ਅਪਡੇਟਸ ਵਾਸਤੇ ਜ਼ਰੂਰ ਸਾਡੇ YouTube ਚੈਨਲ ਨੂੰ ਫੋਲੋ ਕਰੋ so that ਜਿਹੜੀ ਵੀ ਕਰੈਕਟ ਇਨਫਰਮੇਸ਼ਨ ਹੁੰਦੀ ਹੈ ਉਹੀ ਆਪਾਂ ਤੁਹਾਨੂੰ ਦੇ ਸਕੀਏ so friends ਵੀਡੀਓ ਅੱਛੀ ਲੱਗੀ ਹੋਇਆ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਨੇੜੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ so that they also know the proper and sorry information regarding ਜਿਹੜਾ ਇਹਨਾਂ ਨੇ ਦੱਸਿਆ ਐਕਸਟੈਂਸ਼ਨ ਪੀਰੀਅਡ ਦੇ ਰਿਗਾਰਡਿੰਗ ਐਕਸਟੈਂਸ਼ਨ ਪੀਰੀਅਡ 3 ਸਾਲਾਂ ਦਾ ਹੀ ਉਹ ਇਨਕਰੀਜ਼ ਨਹੀਂ ਹੋਇਆ so is the regarding ਕੋਈ ਵੀ ਅਪਡੇਟ ਆਂਦੀ ਹੈ ਉਹ ਆਪਾਂ ਆਪਣੇ YouTube ਚੈਨਲ ਤੇ ਅਪਡੇਟ ਕਰ ਦਵਾਂਗੇ so ਸਤਿ ਅੰਨਿ ਲਈ ਸਾ ਨਾਲ ਜੁੜੇ ਰਹੋ So thank you friends for your precious time.